ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੌਂਡੀਅਰ 5055 ਈ ਟਰੈਕਟਰ। ਇਹ ਟਰੈਕਟਰ ਹੈਗਾ ਦੋਸਤੋ ਬਕਾਊ। ਉਸ ਤੋਂ ਪਹਿਲਾਂ ਜੋ ਵੀ ਵੀਰ ਸਾਡੇ ਚੈਨਲ 'ਤੇ ਨਵੇਂ ਆ, ਸਾਡੇ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬੋ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਵੇ। ਹਾਂਜੀ ਦੋਸਤੋ, ਗੱਲ ਕਰ ਲੱਗੇ ਹਾਂ ਟਰੈਕਟਰ ਦੀ। ਟਰੈਕਟਰ ਦੀ ਹਾਲਤ ਬਿਲਕੁਲ ਸਾਫ਼ ਆ। ਫਰੰਟ ਟਾਇਰ ਦੇਖ ਸਕਦੇ ਹੋ ਤੁਸੀਂ, 60 ਤੋਂ 65 ਪੈਸੇ ਪਏ ਨੇ। ਬੈਕ ਟਾਇਰ 75 ਤੋਂ 80 ਪੈਸੇ ਪਏ ਨੇ। ਜੌਂਡੀਅਰ 5055 ਈ ਇਹ ਟਰੈਕਟਰ ਹੈਗਾ ਦੋਸਤੋ ਬਕਾਊ। ਦੇਖ ਸਕਦੇ ਹੋ ਤੁਸੀਂ, ਸੋਹਦਾ ਰੰਗ ਪੇਂਟ ਬਿਲਕੁਲ ਓਰਿਜਨਲ ਆ। ਇੰਜਨ ਗੇਅਰ ਕੰਡੀਸ਼ਨ ਆ ਜਿਹੜੀ ਓਕੇ ਆ ਟਰੈਕਟਰ ਦੀ। ਹਾਂਜੀ ਦੋਸਤੋ, ਹਾਲਤ ਆ ਜਿਹੜੀ ਤੁਹਾਡੇ ਸਾਹਮਣੇ ਆ ਟਰੈਕਟਰ ਦੀ। ਟਰੈਕਟਰ ਬਿਲਕੁਲ ਸਾਫ਼ ਖੜ੍ਹਾ ਹੈਗਾ। ਅੰਦਰਲੀ ਸਾਈਡੋਂ ਮਗਰਿਆੜ ਦੇਖ ਸਕਦੇ ਹੋ ਤੁਸੀਂ, ਬਿਲਕੁਲ ਸਾਫ਼ ਪਏ ਨੇ ਟਰੈਕਟਰ ਦੇ। ਰੰਗ ਪੇਂਟ ਆ ਜਿਹੜਾ ਸਾਰਾ ਨਾਲ ਦਾ ਗਾ ਟਰੈਕਟਰ ਦਾ। ਪਿੱਛੇ ਤੋਂ ਦਿਖਾ ਦਿੰਦੇ ਹਾਂ ਤੁਹਾਨੂੰ ਦੋਸਤੋ, ਇਹ ਟਰੈਕਟਰ ਡੰਡਾ ਟਰਾਵਲ ਸਮੇਤ ਆ ਜੀ। ਹੁੱਡ ਵਾਲੀ ਛਤਰੀ ਲੱਗੀ ਹੋਈ ਆ ਟਰੈਕਟਰ ਦੇ, ਅਤੇ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਆ। ਦੂਜੀ ਸਾਈਡੋਂ ਦੇਖ ਸਕਦੇ ਹੋ ਤੁਸੀਂ, ਮਗਰਾੜ ਬਿਲਕੁਲ ਸਾਫ਼ ਪਏ ਨੇ। ਇਹ ਟਰੈਕਟਰ ਦੋਸਤੋ ਬਰਨਾਲਾ ਟਰੈਕਟਰ ਮੰਡੀ 'ਤੇ ਖੜ੍ਹਾ ਹੈਗਾ। ਇਹਨਾਂ ਵੀਰਾਂ ਦਾ ਨੰਬਰ ਅਸੀਂ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਦੇਵਾਂਗੇ, ਉੱਥੋਂ ਤੁਸੀਂ ਗੱਲ ਕਰਕੇ ਟਰੈਕਟਰ ਲਿਜਾ ਸਕਦੇ ਹੋ। ਅਤੇ ਜੇ ਦੋਸਤੋ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ 2012 ਅਤੇ ਡਿਮਾਂਡ ਇਹਨਾਂ ਵੀਰਾਂ ਨੇ ਰੱਖੀ ਆ 4,85,000 ਰੁਪਏ। ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ। ਧੰਨਵਾਦ ਜੀ।